ਵਿਮਨ ਇੰਟਰਨੈਸ਼ਨਲ ਡੇ ਦੇ ਉੱਤੇ ਜਦੋਂ ਅਸੀਂ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਸਮਰਪਿਤ ਕਰ ਰਹੇ ਹਾਂ ਔਰਤਾਂ ਨੂੰ ਤੇ ਅੱਜ ਅਗਲੇ ਹਿੱਸੇ ਦੇ ਵਿੱਚ ਵੀ ਸਾਡੇ ਨਾਲ ਇਸੇ ਹੀ ਟੌਪਿਕ ਦੇ ਉੱਤੇ ਗੱਲਬਾਤ ਕਰਨ ਲਈ ਬਲਵਿੰਦਰ ਗਿੱਲ ਜੀ ਮੇਰੇ ਨਾਲ ਨੇ। ਬਲਵਿੰਦਰ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵੈਲਕਮ। ਥੈਂਕ ਯੂ ਮਿਸਟਰ ਬੈਂਗ। ਪਹਿਲਾਂ ਤਾਂ ਇਹ ਦੱਸੋ ਵੀ ਔਰਤਾਂ ਦੀ ਜਿਹੜੀ ਖਾਸ ਤੌਰ ਦੇ ਉੱਤੇ ਰੋਲ ਨੂੰ ਆਪਾਂ ਕਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਡਿਫਾਈਨ ਕਿਵੇਂ ਕਰ ਸਕਦੇ ਹਾਂ। ਹਾਂਜੀ ਮਿਸਟਰ ਤੈਨ, ਪਹਿਲਾਂ ਤਾਂ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਹੈਪੀ ਵੂਮਨਸ ਡੇ। ਆਈ ਥਿੰਕ ਹਰ ਦਿਨ ਹੀ ਔਰਤਾਂ ਦਾ ਦਿਨ ਹੁੰਦਾ ਵਾ ਜਿਹੜਾ ਅੱਜ ਅਸੀਂ ਮਨਾ ਰਹੇ ਹਾਂ। ਹਾਂਜੀ ਦੇਖੋ ਮਿਸਟਰ ਤੈਨ, ਜਿਵੇਂ ਕਿ ਸਾਨੂੰ ਪਤਾ ਕਿ ਜਿਹੜਾ ਔਰਤਾਂ ਦਾ ਐਕਚੁਲੀ ਸਾਰਿਆਂ ਦੇ ਰੋਲ ਦਾ ਇਵੋਲਵਮੈਂਟ ਹੋਇਆ, ਪਰ ਅੱਜ ਅਸੀਂ ਔਰਤਾਂ ਦੇ ਰੋਲ ਦੀ ਗੱਲ ਕਰਾਂਗੇ ਕਿ ਜਿਵੇਂ ਤੁਸੀਂ ਦੇਖੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਔਰਤਾਂ ਦੇ ਰੋਲ ਇਵੋਲਵ ਹੋ ਰਹੇ ਆ, ਪਰ ਅੱਜ ਅਸੀਂ ਗੱਲ ਕਰਾਂਗੇ ਕਿ ਈਵਨ ਦੋ ਜਿਹੜਾ ਰੋਲ ਹੈ ਐਵੋਲੂਸ਼ਨ ਆਇਆ, ਇੱਕ ਔਰਤ ਯੂ ਨੋ ਹੁਣ ਕੰਮ ਕਰ ਸਕਦੀ, ਬਾਹਰ ਜਾ ਕੇ ਕਮਾ ਸਕਦੀ, ਫਾਈਨੈਂਸ਼ੀਅਲ ਇੰਡੀਪੈਂਡੈਂਟ ਕਰ ਸਕਦੀ, ਜਿਹੜੀ ਕਿ ਪਹਿਲਾਂ ਆਦਮੀ ਤੇ ਬਹੁਤ ਯੂ ਨੋ ਸਦੀਆਂ ਤੱਕ ਨਿਰਭਰ ਰਹੀ ਆ, ਪਰ ਉਸਦੇ ਬਾਵਜੂਦ ਵੀ ਜਿਹੜੇ ਇੱਕ ਔਰਤ ਦੇ ਪ੍ਰੈਸ਼ਰ ਨੇ, ਉਸਦੇ ਬਾਵਜੂਦ ਵੀ ਜਿਹੜੇ ਉਹਨਾਂ ਦੇ ਰੋਲ ਦੇ ਅੱਜ ਵੀ ਪ੍ਰੈਸ਼ਰ ਨੇ, ਯੂ ਨੋ ਚਾਹੇ ਅਸੀਂ ਕਿੰਨੇ ਵੀ ਹੋ ਗਏ, ਅੱਜ ਵੀ ਔਰਤ ਤੋਂ ਹੀ ਉਮੀਦ ਕੀਤੀ ਜਾਂਦੀ ਕਿ ਉਹ ਬੱਚੇ, ਜੇ ਇੱਕ ਬੱਚਾ ਗਲਤ ਨਿਕਲ ਜਾਏ, ਅਕਸਰ ਮੈਂ ਜਦੋਂ ਮੇਰੇ ਯੂ ਨੋ ਕਾਉਂਸਲਿੰਗ ਸੈਸ਼ਨ ਦੇ ਵਿੱਚ ਲੋਕ ਆਉਂਦੇ ਆ, ਜਦੋਂ ਬੱਚਾ ਕੋਈ ਪ੍ਰੋਬਲਮ ਆ ਜਾਵੇ, ਉਹ ਹਮੇਸ਼ਾ ਇੱਕ ਮਾਂ ਤੇ ਜ਼ਿਆਦਾ ਬਲੇਮ ਆਉਂਦਾ ਵਾ, ਯੂ ਨੋ ਇੱਕ ਕਿਸੇ ਦਾ ਰਿਸ਼ਤਾ ਨਹੀਂ ਨਿਭ ਸਕਿਆ, ਉਹ ਵੀ ਇੱਕ ਔਰਤ ਤੇ ਯੂ ਨੋ ਬਲੇਮ ਆਉਂਦਾ। ਸੋ ਜਿਹੜਾ ਇੱਕ ਰੋਲ ਆ ਇਹ ਯੂ ਨੋ ਜਿੱਥੇ ਜਿੱਥੇ ਦਾ ਐਵੋਲੂਸ਼ਨ ਹੋਇਆ, ਪਰ ਉੱਥੇ ਉੱਥੇ ਇੱਕ ਬਹੁਤ ਪ੍ਰੈਸ਼ਰ ਨਾਲ ਵੀ ਘਿਰਿਆ ਵਿਆ, ਅੱਜ ਵੀ ਪ੍ਰੈਸ਼ਰਾਂ ਨਾਲ ਘਿਰਿਆ ਵਿਆ, ਐਂਡ ਇਸ ਕਰਕੇ ਹਰ ਔਰਤ ਦਾ ਰੋਲ ਹੁੰਦਾ ਕਿ ਮੈਂ ਹਰ ਚੀਜ਼ ਦੇ ਵਿੱਚ ਇੱਕ ਪਰਫੈਕਟ ਕਰਾਂ, ਹਰ ਚੀਜ਼ ਦੇ ਵਿੱਚ ਮੈਨੂੰ ਇੱਕ ਪਰਫੈਕਸ਼ਨ ਮਿਲੇ ਕਿ ਯੂ ਨੋ ਮੇਰੇ ਜਿਹੜੀਆਂ ਜਿਹੜੀਆਂ ਔਖੀਆਂ ਬਲੇਮ ਆ, ਜਜਮੈਂਟ ਆ, ਕ੍ਰਿਟਿਸਿਜ਼ਮ ਆ, ਇਸ ਨੂੰ ਮੈਂ ਅਵੋਇਡ ਕਰ ਸਕਾਂ। ਕਿਉਂਕਿ ਪਹਿਲਾਂ ਪਹਿਲ ਬਲਵਿੰਦਰ ਜਦੋਂ ਔਰਤ ਸਿਰਫ ਘਰ ਦੀ ਇੰਚਾਰਜ ਰਹੀ, ਬੱਚੇ ਪਾਲਣ ਦੇ, ਖਾਣਾ ਬਣਾਉਣਾ, ਘਰ ਨੂੰ ਉਸਦੀ ਸਾਂਭ ਸੰਭਾਲ ਕਰਨੀ, ਹੁਣ ਮੇਰਾ ਖਿਆਲ ਆ ਵੀ ਸਾਰੇ ਤਾਂ ਨਹੀਂ ਮੈਂ ਕਹਿ ਸਕਦਾ, ਕੁਛ ਕੁ ਹਾਊਸ ਹੋਲਡਸ ਦੇ ਵਿੱਚ ਜਿਹੜੇ ਹਸਬੈਂਡਸ ਨੇ ਜਾਂ ਜਿਹੜੇ ਮੈਨ ਨੇ, ਉਹਨਾਂ ਦੇ ਸਪਾਊਸਸ ਨੇ, ਮੇਲ ਸਪਾਊਸਸ, ਉਹ ਮਦਦ ਕਰਨ ਲੱਗੇ ਆ। ਔਰ ਇਸ ਮਦਦ ਦੇ ਵਿੱਚ ਹੁਣ ਕੋਈ ਬਹੁਤਾ ਉਹਨਾਂ ਫੈਮਿਲੀਜ਼ ਦੇ ਵਿੱਚ ਕੋਈ ਇਹਨੂੰ ਸਟਿਗਮਾ ਵੀ ਨਹੀਂ ਸਮਝਿਆ ਜਾਂਦਾ। ਸੋ ਇਹਦੇ ਨਾਲ ਮੇਰਾ ਖਿਆਲ ਆ ਵੀ ਔਰਤ ਦੀ ਜ਼ਿੰਦਗੀ ਦੇ ਵਿੱਚ ਥੋੜ੍ਹੀ ਬਹੁਤ ਰਾਹਤ ਤਾਂ ਮਿਲੀ ਹੈ। ਹਾਂਜੀ ਮਿਸਟਰ ਤਿੰਦ ਜੀ, ਹਾਂ ਜਿਵੇਂ ਤੁਸੀਂ ਕਿਹਾ ਗਾ ਕਿ ਇੱਥੇ ਤੁਹਾਡੇ ਜਿਹੜੇ ਲਾਈਫ ਸਟਰਕਚਰ ਦੇ ਨਾਲ ਜਦੋਂ ਇੱਕ ਔਰਤ ਇੱਕ ਬੱਚੇ ਲਈ ਅਵੇਲੇਬਲ ਨਹੀਂ ਹੁੰਦੀ ਤੇ ਯੂ ਨੋ ਸੁਭਾਵਿਕ ਜਿਹੇ ਤੌਰ ਤੇ ਦੂਸਰਾ ਪਾਰਟਨਰ ਟੇਕ ਓਵਰ ਕਰ ਲੈਂਦਾ, ਪਰ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਇੱਕ ਔਰਤ ਦੇ ਆਪਦੇ ਪ੍ਰੈਸ਼ਰ, ਆਪਦੇ ਪ੍ਰਤੀ ਕੀ ਪ੍ਰੈਸ਼ਰ ਨੇ, ਉਹਦੇ ਆਪਦੇ ਹੀ ਪ੍ਰਤੀ ਜਿਹੜੇ ਉਹਨੇ ਆਪਦੇ ਨਜ਼ਰੀਏ ਨਾਲ ਬਣਾਏ ਹੋਏ ਆ। ਯੂ ਨੋ ਫੋਰ ਐਗਜ਼ਾਮਪਲ, ਮੈਨੂੰ ਹਰ ਚੀਜ਼ ਮੈਨੂੰ ਕਰਨੀ ਆਉਣੀ ਚਾਹੀਦੀ ਆ, ਹਰ ਨੂੰ ਮੈਂ ਖੁਸ਼ ਕਰਨਾ ਮੇਰਾ ਸੁਭਾਅ ਹੋਣਾ ਚਾਹੀਦਾ ਵਾ, ਐਂਡ ਹਰ ਇੱਕ ਦੀ ਮੈਂ ਆਗਿਆਕਾਰੀ ਵੀ ਹੋਣੀ ਚਾਹੀਦੀ। ਤੁਸੀਂ ਦੇਖੋ ਪ੍ਰੈਸ਼ਰ ਆ, ਹੋ ਸਕਦਾ ਕਿ ਉਹ ਚੀਜ਼ਾਂ ਕਰੇ ਜਿਹੜੀਆਂ ਉਹ ਆਗਿਆ ਦੇ ਵਿੱਚ ਜਾਂ ਲੋਕਾਂ ਨੂੰ ਨਾ ਖੁਸ਼ ਕਰਨ, ਪਰ ਉਹਦੇ ਅੰਦਰ ਫਿਰ ਜਿਹੜੀ ਗਿਲਟ ਪੈਦਾ ਹੁੰਦੀ ਆ, ਕਿਉਂਕਿ ਤੁਸੀਂ ਦੇਖੋ ਕਿ ਪਹਿਲਾਂ 70-80% ਰਿਸਰਚ ਵੀ ਮੰਨਦਾ ਕਿ ਰਿਸ਼ਤੇ ਤਾਂ ਨਿਭਦੇ ਸੀ ਕਿਉਂਕਿ ਇੱਕ ਔਰਤ ਚੁੱਪ ਰਹਿੰਦੀ ਸੀ। ਪਹਿਲਾਂ ਰਿਸ਼ਤੇ ਨਿਭਣ ਦਾ ਇਹ ਬਹੁਤ ਵੱਡਾ ਕਾਰਨ ਸੀ, ਪਰ ਉਸ ਕਲਚਰ ਦੇ ਵਿੱਚ, ਉਸ ਦੇ ਵਿੱਚ ਜਿਹੜੀ ਸਾਨੂੰ ਵੀ ਟ੍ਰੇਨਿੰਗ ਮਿਸਟਰ ਤੈਨ ਦਿੱਤੀ ਵੀ ਜਾਂਦੀ ਆ, ਸਾਨੂੰ ਇਹ ਦਿੱਤੀ ਜਾਂਦੀ ਕਿ ਤੁਸੀਂ ਖੁਸ਼ ਕਰਨਾ, ਦੂਸਰਿਆਂ ਨੂੰ ਕਿਵੇਂ ਖੁਸ਼ ਕਰਨਾ, ਤੁਸੀਂ ਇੱਕ ਬੱਚੇ ਦੀ ਟੇਕ ਕੇਅਰ ਕਿਵੇਂ ਕਰਨੀ ਆ, ਤੁਸੀਂ ਇੱਕ ਘਰ ਦੀ ਕਿਵੇਂ ਟੇਕ ਕੇਅਰ ਕਰਨੀ ਆ, ਐਂਡ ਬਹੁਤ ਘੱਟ ਸਾਨੂੰ ਇਹ ਸਿਖਾਇਆ ਜਾਂਦਾ ਕਿ ਅਸੀਂ ਆਪਦੀ ਟੇਕ ਕੇਅਰ ਵੀ ਕਿਵੇਂ ਕਰਨੀ। ਤੁਸੀਂ ਆਮ ਦੇਖੋ ਕਿ ਔਰਤ ਨੂੰ ਅਸੀਂ ਕਈ ਵਾਰ ਯੂ ਨੋ ਦੇਵੀ ਕਹਿੰਦੇ ਹਾਂ, ਕੋਈ ਕਈ ਵਾਰ ਕਹਿੰਦੇ ਸੈਕਰੀਫਾਈਸ ਕਰਦੀ ਆ, ਇਹ ਸਾਰੇ ਨਾਮ ਅਸੀਂ ਕਿਉਂ ਦਿੱਤੇ ਵੀ, ਕਿਉਂਕਿ ਇੱਕ ਔਰਤ ਦੀ ਜਿਹੜੀ ਟ੍ਰੇਨਿੰਗ ਆ ਬੜੀ ਕੰਡੀਸ਼ਨਡ ਹੋਈ ਵੀ ਆ ਕਿ ਤੂੰ ਦੂਸਰੇ ਲਈ ਵੱਧ ਤੋਂ ਵੱਧ ਕਰਨਾ, ਆਪਣੇ ਆਪ ਨੂੰ ਪਾਸੇ ਰੱਖ ਕੇ। ਇਹ ਪਹਿਲਾਂ ਤੋਂ ਕੰਡੀਸ਼ਨਿੰਗ ਇਹ ਕੀਤੀ ਜਾਂਦੀ ਰਹੀ ਆਪਣੀ ਖੁਦਗਰਜ਼ੀ ਨਾਲ ਕਿ ਇਹ ਤੇ ਬਹੁਤ ਚੰਗੀ ਆ, ਇਹ ਬਹੁਤ ਸਾਊ ਆ, ਇਹ ਚੁੱਪ ਰਹਿੰਦੀ ਆ ਔਰ ਇਹ ਦੂਜਿਆਂ ਦੀ ਸੇਵਾ ਕਰਦੀ ਆ। ਇਸੇ ਸਿਲਸਿਲੇ ਦੇ ਵਿੱਚ ਉਹਦੀ ਜਿਹੜੀ ਆਪਣੀ ਸੈਲਫ ਕੇਅਰ ਆ ਉਹ ਤਾਂ ਪਿੱਛੇ ਪੈ ਗਈ। ਜੀ ਹਾਂ, ਐਂਡ ਉਹਦੀ ਮਾਨਸਿਕ ਤੇ ਉਹਦੀ ਮਾਨਸਿਕਤਾ ਜਿਹੜੀ ਸਫ਼ਰ ਕਰਦੀ ਆ, ਜਿਹੜੀ ਉਸ ਮਾਨਸਿਕਤਾ ਨੂੰ ਉਹਦੇ ਵਿੱਚੋਂ ਲੰਘਦੀ ਆ, ਉਹਦੇ ਬਾਰੇ ਅੱਜ ਅਸੀਂ ਜੇ ਅਸੀਂ ਚਾਨਣਾ ਪਾ ਸਕੀਏ ਕਿ ਉਹਦੇ ਅੰਦਰ ਦੀ ਕਿਹੜੀਆਂ ਕਿਹੜੀਆਂ ਕਿਰਿਆਵਾਂ ਚੱਲਦੀਆਂ ਵਾ, ਜਿਹੜੀ ਜਿਹੜਾ ਕਿ ਕਿਉਂਕਿ ਜੇ ਅਸੀਂ ਰੋਲ ਨਹੀਂ ਨਾ ਪਰਫੋਰਮ ਕਰਦੇ, ਸੁਸਾਇਟੀ ਸਾਨੂੰ ਜੱਜ ਕਰਦੀ ਆ, ਸੁਸਾਇਟੀ ਚੰਗੀ ਮਾਂ ਦਾ ਨਹੀਂ ਦਰਜਾ ਦਿੰਦੀ ਸਾਨੂੰ, ਚੰਗੀ ਪਤਨੀ ਦਾ ਦਰਜਾ ਨਹੀਂ ਦਿੰਦੀ, ਚੰਗੀ ਬੇਟੀ ਦਾ ਦਰਜਾ ਨਹੀਂ ਦਿੰਦੀ, ਸੁਸਾਇਟੀ ਸਾਨੂੰ ਇਹ ਚੀਜ਼ ਦਾ। ਸੋ ਇਸ ਕਰਕੇ ਅਸੀਂ ਔਰਤਾਂ ਨੇ ਸਾਰਾ ਭਾਰ ਆਪਦੇ ਆਪ ਤੇ ਲਿਆ ਵਿਆ ਕਿ ਅਸੀਂ ਸਭ ਕਰਨਾ ਵਾ, ਅਸੀਂ ਦੂਸਰਿਆਂ ਨੂੰ ਖੁਸ਼ ਰੱਖਣ ਦੀ ਵੀ ਕੋਸ਼ਿਸ਼ ਕਰਨੀ ਆ, ਅਸੀਂ ਦੂਸਰਿਆਂ ਆਪਦੇ ਆਪ ਯੂ ਨੋ ਸਾਰੀ ਚੀਜ਼ ਮੈਂ ਆਪਦੇ ਆਪ, ਹਰ ਚੀਜ਼ ਮੈਂ ਆਪਦੇ ਆਪ ਕਰਨੀ ਆ।
ਪਰ ਇੱਕ ਭਰਮ ਜਿਹੜਾ ਇਹ ਪੈਦਾ ਹੋ ਰਿਹਾ ਸੀ ਕਿ ਹਾਈ ਸੁਸਾਇਟੀ ਦੇ ਵਿੱਚ ਜਾਂ ਜਿੱਥੇ ਫਾਈਨੈਂਸ਼ਲੀ ਬਹੁਤ ਪ੍ਰੋਸਪਰ ਲੋਕ ਰਹਿੰਦੇ ਆ, ਉੱਥੇ ਸ਼ਾਇਦ ਇਸ ਤਰ੍ਹਾਂ ਦਾ ਵਿਤਕਰਾ ਘੱਟ ਆ ਜਾਂ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਨਹੀਂ ਹੁੰਦਾ। ਪਰ ਕੱਲ੍ਹ ਦੀ ਜਿਹੜੀ ਹੈਰੀ ਤੇ ਮੇਗਨ ਦੀ ਇੰਟਰਵਿਊ ਆਈ ਆ, ਇਸ ਦੇ ਵਿੱਚ ਕਈ ਕੰਨੀਆਂ ਇਹੋ ਜਿਹੀਆਂ ਨੰਗੀਆਂ ਹੋ ਗਈਆਂ ਜਿਹੜੀ ਸਭ ਤੋਂ ਵੱਡੀ ਰਿਸਪੈਕਟਡ ਰੋਇਲ ਫੈਮਿਲੀ ਦੀਆਂ, ਕਿ ਉਹਨਾਂ ਦੇ ਵਿੱਚ ਵੀ ਪ੍ਰੈਸ਼ਰ ਔਰਤਾਂ ਤੇ ਉਸੇ ਤਰ੍ਹਾਂ ਦੇ ਹੀ। ਦੇਖੋ ਮਿਸਟਰ ਤੈਨ, ਜਿਹੜੇ ਸਾਡੇ ਸੋਸਾਇਟੀ ਦੇ ਜਿਹੜੇ ਸਾਡੇ ਕਲਚਰ ਦੇ ਪ੍ਰੈਸ਼ਰ, ਅਸੀਂ ਇਹ ਨਾ ਭੁੱਲ ਜਾਈਏ ਕਿ ਜਸਟ ਬਿਕਾਜ਼ ਜੇ ਕਿਸੇ ਕੋਲ ਇੱਕ ਸਟੈਟਸ ਜਾਂ ਇੱਕ ਕੋਈ ਮਨੀ ਪਾਵਰ ਆ ਜਾਂਦੀ ਤੇ ਉਹਦੇ ਜਿਹੜਾ ਦਿਮਾਗ ਦਾ ਵਿਸ਼ਵਾਸ ਸਿਸਟਮ ਉਹ ਬਦਲ ਜਾਂਦਾ ਵਾ, ਰਾਈਟ? ਸੋ ਜਿਸ ਕਲਚਰ ਦੇ ਵਿੱਚ ਅਸੀਂ ਰਹਿੰਦੇ ਹਾਂ, ਚਾਹੇ ਉਹ ਕਿਸੇ ਕੋਲ ਥੋੜਾ ਪੈਸਾ, ਚਾਹੇ ਵੱਡਾ, ਕਿਸੇ ਦਾ ਸਟੈਟਸ ਵੱਡਾ, ਕਿਸੇ ਦਾ ਵੱਡਾ ਨਹੀਂ ਹੈਗਾ, ਉਹਨਾਂ ਨੇ ਕਾਫੀ ਕਲਰ ਦੀ ਵੀ ਗੱਲ ਕੀਤੀ ਕਿ ਉਹਨਾਂ ਨੂੰ ਕਿਵੇਂ ਕਲਰ ਦੇ ਲੈਵਲ ਤੇ ਵੀ ਜੱਜ ਕੀਤਾ ਗਿਆ ਸੀਗਾ, ਕਿਉਂਕਿ ਉਹ ਇੱਕ ਡਿਫਰੈਂਟ ਰੇਸ ਚੋਂ ਸੀਗੇ। ਸੋ ਕਾਫੀ ਜੇ ਦੇਖਣ ਨੂੰ, ਜੀ ਹਾਂ, ਤੁਸੀਂ ਜਿਵੇਂ ਕਿਹਾ ਗਾ ਕਿ ਕਾਫੀ ਉਹ ਦੇਖਣ ਨੂੰ ਮਿਲਦਾ ਕਿ ਉਸ ਸੋਸਾਇਟੀ ਦੇ ਵਿੱਚ ਵੀ ਇਹ ਚੀਜ਼ਾਂ ਵਿਤਕਰਾ ਹੋ ਰਿਹਾ। ਅੱਛਾ, ਤੁਸੀਂ ਡੀਲ ਕਰਦੇ ਹੋ ਮਨੋਵਿਗਿਆਨਕ ਇਸ਼ੂਜ਼ ਦੇ ਨਾਲ, ਸਾਈਕੋਲੋਜੀਕਲ ਇਸ਼ੂਜ਼ ਦੇ ਨਾਲ, ਇਹ ਔਰਤਾਂ ਨੂੰ ਜ਼ਿਆਦਾ ਮੈਂਟਲ ਪ੍ਰੋਬਲਮਸ ਨੇ, ਮੈਂਟਲ ਟੈਨਸ਼ਨਸ ਨੇ ਮਰਦਾਂ ਨਾਲ? ਜੀ ਨਹੀਂ, ਰਿਸਰਚ ਦੇ ਹਿਸਾਬ ਨਾਲ ਤਾਂ ਆਦਮੀਆਂ ਨੂੰ ਜ਼ਿਆਦਾ ਆ, ਪਰ ਆਦਮੀ ਐਕਸਪ੍ਰੈਸ ਨਹੀਂ ਕਰਦੇ, ਆਦਮੀ ਆਪਦੇ ਆਪ ਨੂੰ ਕਹਿੰਦੇ ਨੀਗੇ। ਐਂਡ ਔਰਤਾਂ ਨੂੰ ਕਹਿੰਦੇ ਆ ਕਿ ਰਿਸ਼ਤਿਆਂ ਦੇ ਲੈਵਲ ਤੇ, ਕਿਉਂਕਿ ਔਰਤਾਂ ਥੋੜਾ ਗੱਲਬਾਤ ਜ਼ਿਆਦਾ ਕਰ ਲੈਂਦੀਆਂ ਵਾ, ਔਰਤਾਂ ਦੀ ਜਿਹੜੀ ਕਨਵਰਸੇਸ਼ਨ ਆ ਉਹ ਆਪਦੇ ਰਿਸ਼ਤਿਆਂ 'ਚ ਜ਼ਿਆਦਾ ਹੁੰਦੀ ਹੈ। ਸੋ ਥੋੜਾ ਉਹਨਾਂ ਨਾਲ ਉਸ ਨਾਲ ਫਰਕ ਜ਼ਰੂਰ ਪੈਂਦਾ ਵਾ। ਪਰ ਜੀ ਹਾਂ, ਔਰਤਾਂ ਦੇ ਜਿਵੇਂ ਤੁਸੀਂ ਇਸ ਰੋਲ ਦੀ ਆਪਾਂ ਗੱਲ ਕਰੀਏ, ਤਾਂ ਕਾਫੀ ਕਈ ਵਾਰ ਮੇਰੇ ਕੋਲ ਔਰਤਾਂ ਆਉਂਦੀਆਂ ਜਿਨ੍ਹਾਂ ਦੇ ਕਈ ਵਾਰ ਲਵ ਮੈਰਿਜਸ ਹੋਈਆਂ ਵਾ, ਬਹੁਤ ਪੁਰਾਣੇ ਟਾਈਮ ਦੇ ਵਿੱਚ, ਐਂਡ ਅੱਜ ਤੱਕ ਵੀ ਆਪਦੇ ਆਪ ਨੂੰ ਮਾਫ ਨਹੀਂ ਕਰ ਸਕੀਆਂ। ਅੱਛਾ ਜੀ, ਜੀ ਹਾਂ, ਜਦ ਤੁਸੀਂ ਉਹਨਾਂ ਦੀ ਪਿਛਲੀ ਹਿਸਟਰੀ ਵੇਖਦੇ ਆ ਜਾਂ ਉਹਦੇ ਵਿੱਚ, ਤੇ ਬੜਾ ਵੱਡਾ ਗਿਲਟ ਆ ਕਿ ਮੈਂ ਇਹ ਚੀਜ਼ ਆਪਦੇ ਆਪਦੇ ਘਰਦਿਆਂ ਤੋਂ, ਬਿਕਾਜ਼ ਅਸੀਂ ਕਲਚਰ ਦੇ ਅਗੇਂਸਟ ਗਏ ਨਾ, ਐਂਡ ਜਦੋਂ ਸਾਡੇ ਕਲਚਰ ਦੇ ਅਗੇਂਸਟ ਜਾਂਦੇ ਆ ਤਾਂ ਸਾਨੂੰ ਉਸਦੀ ਜਿਹੜਾ ਉਹਦਾ ਜਜਮੈਂਟ, ਕ੍ਰਿਟਿਸਿਜ਼ਮ ਆ, ਬਲੇਮ ਆ, ਸਮਾਜ ਦਾ ਸਹਿਣਾ ਪੈਂਦਾ ਵਾ। ਪਰ ਇਹ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਮਿਸਟਰ ਥੇਨ, ਜਿਹੜੀ ਪਰਫੈਕਸ਼ਨਿਜ਼ਮ ਦੀ, ਅਸੀਂ ਇਹ ਜਿਹੜਾ ਬਲੇਮ ਆ, ਕ੍ਰਿਟਿਸਿਜ਼ਮ ਆਪਦੇ ਅੰਦਰ ਆਪਦੇ ਆਪ ਚ ਕਰ ਰਹੀਆਂ ਵਾ। ਜੇ ਅਸੀਂ ਇੱਕ ਚੰਗੀ ਮਾਂ ਨਾ ਬਣੀਏ, ਸਾਡੇ ਅੰਦਰ ਲੋਕ ਸਾਨੂੰ ਕੀ ਕਹਿਣਗੇ, ਕਿਉਂਕਿ ਜਿਹੜੀ ਇਹ ਜਿਹੜੀ ਪਰਫੈਕਸ਼ਨ, ਜਿਹੜਾ ਪਰਫੈਕਸ਼ਨਿਜ਼ਮ ਦਾ ਜਿਹੜਾ ਐਟੀਟਿਊਡ ਆ ਨਾ ਮਿਸਟਰ ਤਿੰਡ, ਇਸ ਚੀਜ਼ ਤੇ ਲੇਵਲ ਆ, ਇਸ ਚੀਜ਼ ਤੇ ਬੇਸਡ ਆ ਕਿ ਲੋਕ ਮੇਰੇ ਬਾਰੇ ਕੀ ਕਹਿਣਗੇ। ਇੱਕ ਹੁੰਦੀ ਆ ਹੈਲਥੀ ਸਟ੍ਰਾਈਵਿੰਗ, ਇੱਕ ਹੁੰਦਾ ਕਿ ਲੋਕ ਮੇਰੇ ਬਾਰੇ ਕੀ ਕਹਿਣਗੇ। ਐਂਡ ਮੋਸਟ ਆਫ ਦਾ ਟਾਈਮ ਜਿਹੜੀ ਸਾਡੀ ਕੰਡੀਸ਼ਨਿੰਗ ਆ, ਸਾਨੂੰ ਚਾਹੀਦਾ ਕਿ ਲੋਕ ਸਾਡੇ ਲਈ ਚੰਗਾ ਕਹਿਣ, ਤੇ ਅਸੀਂ ਆਪਦੇ ਮਨ ਦੇ ਵਿੱਚ ਇੱਕ ਭਰਮ, ਆਪਦੇ ਮਨ ਦੇ ਵਿੱਚ ਇੱਕ ਵਿਸ਼ਵਾਸ ਬਣਾ ਲੈਂਦੇ ਕਿ ਜੇ ਅਸੀਂ ਹਰ ਚੀਜ਼ ਸਹੀ ਕਰੀਏ ਤਾਂ ਹੋ ਸਕਦਾ ਲੋਕ ਸਾਨੂੰ ਨਿੰਦਣ ਨਾ, ਤੇ ਹੋ ਸਕਦਾ ਕਿ ਸਾਡੇ ਘਰ ਦੇ ਜਾਂ ਕਿਸੇ ਵੀ ਰਿਸ਼ਤੇ 'ਚ ਸਾਨੂੰ ਬਲੇਮ ਨਾ ਆਵੇ, ਹੋ ਸਕਦਾ ਕਿ ਸਾਨੂੰ ਕੋਈ ਕ੍ਰਿਟਿਸ ਆ, ਇਹ ਸਾਡੇ ਮਨ ਦੀ ਆਪਦੀ ਧਾਰਨਾ ਵਾ। ਸੋ ਅੱਜ ਜਿਹੜੀਆਂ ਔਰਤਾਂ ਜਿਹੜੇ ਲਿਸਨਰ ਸੁਣ ਰਹੇ, ਅਸੀਂ ਮਕਸਦ ਇਹ ਨਹੀਂ ਕਿ ਅਸੀਂ ਬਾਹਰਲੇ ਲੋਕ ਸਾਡੇ ਨਾਲ ਕਿਉਂ ਕਰ ਰਹੇ, ਬਿਕਾਜ਼ ਉਹ ਬਹੁਤ ਮਾਤਰਾ ਤੇ ਘੱਟ ਚੁੱਕਿਆ ਵਾ, ਬਹੁਤ ਮਾਤਰਾ ਤੇ ਲੋਕਾਂ ਦੀਆਂ ਜਿਹੜੀਆਂ ਉਹ ਘੱਟ ਚੁੱਕੀਆਂ, ਪਰ ਅਸੀਂ ਆਪਦੇ ਅੰਦਰ ਮਾਨਸਿਕ ਕਿਹੜੀ ਅਵਸਥਾ ਪੈਦਾ ਕੀਤੀ ਵੀ ਆ। ਅੱਜ ਵੀ ਜੇ ਸਾਡਾ ਬੱਚਾ, ਬੇਟਾ ਜਾਂ ਬੇਟੀ ਸਾਡਾ ਜੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਜਾਂ ਕੋਈ ਕਈ ਉਹ ਜੇ ਰਿਸ਼ਤਾ ਰਸਤੇ ਤੇ ਪੈ ਜਾਂਦੇ, ਇੱਕ ਔਰਤ ਆਪਦੇ ਆਪ ਨੂੰ ਸਭ ਤੋਂ ਵੱਧ ਬਲੇਮ ਆਪਦੇ ਆਪ ਨੂੰ ਕਰਦੀ ਆ। ਜੇ ਇੱਕ ਰਿਸ਼ਤਾ ਖਰਾਬ ਹੋ ਜਾਂਦਾ, ਮੈਂ ਬਹੁਤ ਸਾਰੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਵੀ ਮੈਂ ਕਾਫੀ ਔਰਤਾਂ ਨੂੰ ਕਾਉਂਸਲ ਕਰਦੀ, ਜਦੋਂ ਰਿਸ਼ਤਾ ਖਰਾਬ ਹੋ ਜਾਂਦਾ, ਇਹ ਵੀ ਔਰਤ ਆਪਦੇ ਤੇ ਪ੍ਰੈਸ਼ਰ ਲੈਂਦੀ ਆ, ਇਹ ਵੀ ਔਰਤ ਕਹਿੰਦੀ ਹੈ ਮੇਰੀ ਵਜ੍ਹਾ ਨਾਲ, ਕਿਉਂਕਿ ਕੰਡੀਸ਼ਨਿੰਗ ਕੀਤੀ ਵੀ ਆ ਨਾ ਕਲਚਰ ਵੱਲੋਂ। ਅਸੀਂ ਸੁਣਿਆ ਗਿਆ ਗਾ ਕਿ ਘਰ ਚਲਾਉਣਾ ਤੇ ਔਰਤ ਦਾ ਜ਼ਿਆਦਾ ਕੰਮ ਆ ਆਦਮੀ ਨਾਲ। ਹੁਣ ਅੱਜ ਇਹ ਵੀ ਗੱਲ ਚੱਲੀ ਸੀ ਕਿ ਕਿਸ ਤਰੀਕੇ ਨਾਲ ਔਰਤਾਂ ਜਿਹੜੇ ਯੰਗ ਮੁੰਡੇ ਆ ਜਾਂ ਪੁੱਤਰਾਂ ਦੀ ਪਾਲਣ ਪੋਸ਼ਣ ਇਸ ਤਰ੍ਹਾਂ ਕਰ ਸਕਦੀਆਂ ਤਾਂ ਕਿ ਇਵੈਂਚੁਅਲੀ ਜਦੋਂ ਉਹ ਐਡਲਟ ਬਣਦੇ ਆ ਤਾਂ ਔਰਤ ਦੀ ਰਿਸਪੈਕਟ, ਔਰਤ ਦੀ ਕਦਰ ਕਰਨਾ ਉਹ ਪਹਿਲਾਂ ਬਚਪਨ ਤੋਂ ਹੀ ਸਿੱਖ ਜਾਣ, ਇਸ ਕਿਸਮ ਦੀ ਟ੍ਰੇਨਿੰਗ ਦੇ ਕੇ ਮੇਰਾ ਖਿਆਲ ਆ ਔਰਤਾਂ ਆਪਣੇ ਆਉਣ ਵਾਲੇ ਜਨਰੇਸ਼ਨਸ ਦੀਆਂ, ਆਪਣੀਆਂ ਦੂਜੀਆਂ ਬੇਟੀਆਂ ਦੀਆਂ ਮੇਰਾ ਖਿਆਲ ਜ਼ਿੰਦਗੀਆਂ ਬਿਹਤਰ ਬਣਾ ਸਕਦੀਆਂ। ਜੀ ਹਾਂ ਮਿਸਟਰ ਤਿੰਨ, ਐਂਡ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ, ਅਸੀਂ ਮਾਡਲਿੰਗ ਕਰੀਏ ਕਿ ਸਾਡੇ ਜਿਸ ਔਰਤ ਨੂੰ, ਇੱਕ ਜੇ ਤੁਸੀਂ ਬੇਟਾ ਪਾਲ ਰਹੇ ਆ, ਜਿਸ ਔਰਤ ਨੂੰ ਜਿਸ ਛਵੀ ਦੀ ਦੇ ਥੱਲੇ ਇੱਕ ਬੇਟਾ ਪਾਲ ਰਿਹਾ, ਉਸ ਔਰਤ ਦੀ ਇੱਜ਼ਤ ਕਿੰਨੀ ਖੋ ਰਹੀ ਆ, ਉਹ ਆਪਣੇ ਆਪ ਦੀ ਸੈਲਫ ਕੇਅਰ ਕਿੰਨੀ ਕੁ ਕਰ ਰਹੀ ਆ, ਉਹ ਆਪਦਾ ਆਪ ਇੱਜ਼ਤ ਮਾਣ ਤੇ ਆਲੇ ਦੁਆਲੇ ਦੇ ਲੋਕ ਉਹਦਾ ਇੱਜ਼ਤ ਮਾਣ ਕਿੰਨਾ ਕਰ ਰਹੇ ਆ, ਉਹ ਆਪਦਾ ਕਿਵੇਂ, ਕਿਉਂਕਿ ਜਦੋਂ ਇਹ ਮਾਡਲਿੰਗ ਉਹਨੂੰ ਉਸ ਪਲਦੇ ਹੋਏ ਬੱਚੇ ਨੂੰ ਇਹ ਮਾਡਲਿੰਗ ਇੱਕ ਔਰਤ ਦਾ ਮਿਲੂਗਾ, ਇਹ ਇੱਕ ਮਾਡਲਿੰਗ ਮਿਲੂਗੀ, ਤੇ ਉਹਦੇ ਲਈ ਬੜਾ ਸੁਭਾਵਿਕ ਤੇ ਨੈਚੁਰਲ ਹੋਊਗਾ ਕਿਸੇ ਵੀ ਔਰਤ ਨੂੰ ਇਸ ਤਰੀਕੇ ਨਾਲ ਟ੍ਰੀਟ ਕਰਨਾ।
ਪਰ ਪਹਿਲਾਂ ਮਾਡਲਿੰਗ ਸਾਡੇ ਆਪਣੇ ਆਪ ਤੋਂ ਸਟਾਰਟ ਹੋਣੀ ਆ ਕਿ ਅਸੀਂ ਆਪਦੇ ਆਪ ਨੂੰ, ਤੁਸੀਂ ਦੇਖੋ ਕਿ ਜਿਹੜੀਆਂ ਬਿਊਟੀ ਇੰਡਸਟਰੀਜ਼ ਅੱਜ ਵੀ ਤੁਸੀਂ ਕਈ ਵਾਰ ਮੈਟ੍ਰੀਮੋਨੀਅਲਸ ਦੀ ਐਡ ਪੜ੍ਹਦੇ ਹੋ ਤੇ ਕੀ ਪੜ੍ਹਦੇ ਹੋ ਕਿ ਇੱਕ ਔਰਤ ਨੇ ਸੁਨੱਖੀ ਲੜਕੀ ਦੀ ਜ਼ਰੂਰਤ ਸੋਹਣੀ ਸੁਨੱਖੀ ਤੇ ਪਤਲੀ ਲੜਕੀ ਹੋਵੇ ਤੇ ਬਹੁਤ ਚੀਜ਼ਾਂ ਇਦਾਂ ਦੇ ਐਡਜੈਕਟਿਵਸ ਐਡ ਕੀਤੇ ਹੁੰਦੇ ਆ ਐਂਡ ਉਹਦੇ ਤਰ ਕਰਕੇ ਔਰਤਾਂ ਤੇ ਸਾਡੇ ਤੇ ਕੀ ਪ੍ਰੈਸ਼ਰ ਬਣਦਾ ਕਿ ਅਸੀਂ ਸਭ ਤੋਂ ਸਭ ਸੋਹਣਾ ਲੱਗਣਾ ਤੇ ਉਹਦਾ ਰਿਜ਼ਲਟ ਕੀ ਹੁੰਦਾ ਕਿ ਜਿਹੜੀਆਂ ਮੇਕਅਪ ਕੰਪਨੀਜ਼ ਆ ਬਿਲੀਅਨ ਮਿਲੀਅਨ ਡਾਲਰਸ ਬਣਾ ਰਹੀਆਂ ਸਾਡੀ ਸਿਰਫ ਇਨਸਿਕਿਉਰਿਟੀ ਦੀ ਵਜ੍ਹਾ ਨਾਲ। ਇਹ ਜਿਹੜਾ ਪ੍ਰੈਸ਼ਰ ਹੈ ਬਾਕੀ ਪ੍ਰੈਸ਼ਰਸ ਨਾਲੋਂ ਕਿ ਪਰਫੈਕਟ ਬਾਡੀ ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਮਿਸਾਲ ਦਿੱਤੀ ਆ, ਇਹ ਪ੍ਰੈਸ਼ਰ ਕਿਵੇਂ ਦੂਰ ਹੋ ਸਕਦੇ? ਐਂਡ ਮਿਸਟਰ ਤੇਨ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਇਹ ਬਹੁਤ ਸਦੀਆਂ ਤੋਂ ਪ੍ਰੈਸ਼ਰ ਸਾਡੇ ਤੇ ਚੱਲਦਾ ਆ ਰਿਹਾ। ਇੱਕ ਸੋਹਣੀ ਔਰਤ ਦੀ ਸਾਡੇ ਕਲਚਰ ਦੇ ਵਿੱਚ, ਤੇ ਸੋਹਣੀ ਔਰਤ ਨੂੰ ਅਸੀਂ ਚਿੱਟੇ ਰੰਗ ਨਾਲ ਨਾਪਦੇ ਹਾਂ, ਜਿਹਦਾ ਰੰਗ ਚਿੱਟਾ ਵਾ ਐਂਡ ਜਿਹਦਾ ਰੰਗ ਥੋੜਾ ਜਿਹਾ ਥੋੜਾ ਸਾਡੇ ਵਾਂਗੂ ਆਸਾਮ ਦਾ ਜਿਹਾ ਵਾ, ਤੇ ਉਸਦੇ ਮੁਤਾਬਿਕ ਜਿਹੜੀ ਚਿੱਟੇ ਰੰਗ ਦੀ ਔਰਤ ਆ ਉਹਨੂੰ ਉਹਨੂੰ ਬਹੁਤ ਜ਼ਿਆਦਾ ਮਹੱਤਵਤਾ ਦਿੱਤੀ ਵੀ ਆ। ਸੋ ਇਹ ਬੜੀ ਡੀਪ ਕੰਡੀਸ਼ਨਿੰਗ, ਸਾਡੇ ਗਾਣੇ ਤੁਸੀਂ ਦੇਖੋ ਫੁੱਲ ਵਰਗੀ, ਹੋਰ ਰੰਗ, ਦੁੱਧ ਵਰਗੀ, ਇਦਾਂ ਦੇ ਸਰ ਆਲੇ ਦੁਆਲੇ ਅਸੀਂ ਉਸ ਕੰਡੀਸ਼ਨਿੰਗ ਨੂੰ ਭੁੱਲਣਾ ਵੀ ਚਾਹੀਏ ਤਾਂ ਦੁਬਾਰਾ ਜਿਹੜਾ ਕਲਚਰ ਆ ਉਹਦੇ ਵਿੱਚ ਜਿਹੜਾ ਸਾਨੂੰ ਯਾਦ ਗਾਣਿਆਂ ਦੇ ਥਰੂ ਨਾਟਕਾਂ ਦੇ ਥਰੂ ਸਾਨੂੰ ਯਾਦ ਕਰਵਾਉਂਦਾ ਵਾ। ਨਾਟਕ ਵੀ ਕਈ ਵਾਰ ਇੱਦਾਂ ਦੇ ਆਉਂਦੇ ਆ ਉਹ ਜਿਹੜਾ ਕਲਚਰ ਦੇ ਵਿੱਚ ਸਾਡੇ ਬਿਲੀਫ ਸਿਸਟਮ ਆ। ਸੋ ਇਸ ਕਰਕੇ ਉਹ ਪ੍ਰੈਸ਼ਰ ਤੋਂ ਅਸੀਂ ਕਿਵੇਂ ਕਰ ਸਕੀਏ, ਕਿਉਂਕਿ ਜਿਹੜਾ ਮਿਸਟਰ ਤੇਨ ਜਿਹੜੀ ਪਰਫੈਕਸ਼ਨ ਬਾਡੀ, ਜਿਹੜੀ ਇੱਕ ਇੱਕ ਸਕਿਨ ਦੀ ਪਰਫੈਕਸ਼ਨ, ਅਸੀਂ ਇਸ ਚੀਜ਼ ਪਿੱਛੇ ਔਰਤਾਂ ਭੱਜ ਪਈਆਂ ਕਿ ਇਹਦਾ ਅੰਤ ਨਹੀਂ, ਖੂਬਸੂਰਤੀ ਦਾ ਕੋਈ ਅੰਤ ਨਹੀਂ। ਤੁਸੀਂ ਦੇਖੋ ਕਿ 10 ਪ੍ਰੋਡਕਟ ਲੈ ਆਈ ਦੇ ਤਾਂ ਇੱਕ ਹੋਰ ਪ੍ਰੋਡਕਟ ਨਵਾਂ ਮਾਰਕੀਟ 'ਚ ਆ ਜਾਂਦਾ, ਫੇਸ ਤੇ ਲਾਉਣ ਲਾਓ ਕਹਿੰਦੇ ਇਹ ਲਾਓ ਤਾਂ ਉਦੋਂ ਵੀ ਵਧੀਆ, ਫਿਰ ਉਹ ਲੈ ਆਈ ਦਾ ਫਿਰ ਇੱਕ ਹੋਰ ਮਾਰਕੀਟ 'ਚ ਆ ਜਾਂਦਾ। ਲੇਕਿਨ ਦੌੜ ਐਡੀ ਵੱਡੀ ਹੈ ਕਿ ਸਾਨੂੰ ਪਤਾ ਨਹੀਂ ਵੀ ਅਸੀਂ ਇਹ ਆ ਕਿਉਂ ਰਹੀ ਹੈ, ਕਿਉਂਕਿ ਸਾਡੀ ਇਨਸਿਕਿਉਰਿਟੀ ਦੀ ਵਜ੍ਹਾ ਨਾਲ, ਕਿਉਂਕਿ ਸਾਨੂੰ ਇਹ ਡੀਪਲੀ ਕੰਡੀਸ਼ਨ ਹੋਇਆ ਵਿਆ ਕਿ ਜੇ ਅਸੀਂ ਸੋਹਣੀਆਂ ਲੱਗਾਂਗੇ ਤਾਂ ਲੋਕ ਸਾਡੇ ਵੱਲ ਆਕਰਸ਼ਿਤ ਹੋਣਗੇ, ਲੋਕ ਸਾਨੂੰ ਚੰਗਾ ਸਮਝਣਗੇ, ਲੋਕ ਸਾਡੇ ਸਾਨੂੰ ਚੰਗਾ ਟ੍ਰੀਟ ਕਰਨਗੇ ਜੇ ਅਸੀਂ ਸੋਹਣੀਆਂ ਲੱਗਾਂਗੇ। ਐਂਡ ਉਸ ਦੌੜ ਦੇ ਵਿੱਚ ਤੁਸੀਂ ਦੇਖਿਆ ਕਿ ਉਹ ਦੌੜ ਦਾ ਤਾਂ ਕੋਈ ਅੰਤ ਹੀ ਨਹੀਂ, ਕਿਉਂਕਿ ਇੱਦਾਂ ਹੋ ਹੀ ਨਹੀਂ ਸਕਦਾ ਵੀ ਤੁਸੀਂ ਕਿਸੇ ਵੀ ਪ੍ਰੋਡਕਟ ਨੂੰ ਲਾ ਲਓ ਤੇ ਹਰ ਇਨਸਾਨ ਨੂੰ ਤੁਸੀਂ ਦੁਨੀਆਂ ਦੇ ਨੂੰ ਚੰਗਾ ਲੱਗੋ। ਜਿਹੜੀ ਔਰਤਾਂ ਮਲਟੀਟਾਸਕ ਦੀਆਂ ਮਾਸਟਰ ਨੇ, ਇਸ ਦੀ ਕਦਰ ਪੈ ਰਹੀ ਹੈ ਸੋਸਾਇਟੀ ਦੇ ਵਿੱਚ? ਮਲਟੀਟਾਸਕਿੰਗ ਬਾਰੇ ਤੁਹਾਡਾ ਕੀ ਖਿਆਲ? ਮਿਸਟਰ ਤੇਨ, ਦੇਖੋ ਇਹ ਵੀ ਇੱਕ ਡੀਪ ਕੰਡੀਸ਼ਨਿੰਗ ਆ, ਬਿਕਾਜ਼ ਅਸੀਂ ਘਰ ਦੇ ਵਿੱਚ ਸਾਰੇ ਜਿਹੜੇ ਰੋਲ ਆ, ਜਿਵੇਂ ਤੁਸੀਂ ਆਮ ਆਪਣੇ ਮਦਰ ਨੂੰ ਦੇਖਿਆ, ਮੈਂ ਆਪਣੇ ਮਦਰ ਨੂੰ, ਜਿਹੜੇ ਸਾਰੇ ਰੋਲ ਆ ਕੰਪੇਰੇਟਿਵਲੀ ਫਾਦਰ ਨੂੰ ਤਾਂ ਬਹੁਤ ਘੱਟ ਪਤਾ ਹੁੰਦਾ ਸੀਗਾ। ਜਿਹੜੇ ਘਰ ਦੇ ਸਾਰੇ ਉਹ ਮਲਟੀ ਟਾਸਕ ਇੱਕ ਮਦਰ ਕਰਦੀ ਸੀ। ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਮਿਸਟਰ ਤਿੰਡ, ਅਸੀਂ ਔਰਤਾਂ ਆਪਦੇ ਬਾਰੇ ਇਸ ਤੇ ਚੀਜ਼ ਤੋਂ ਆਪਦੇ ਆਪ ਨੂੰ ਜਾਣੂ ਕਰੀਏ ਕਿ ਅਸੀਂ ਆਪਦੇ ਤੇ ਪ੍ਰੈਸ਼ਰ ਆਪਦਾ ਲਿਆ ਵਿਆ। ਬਹੁਤ ਸਾਰੀਆਂ ਮਦਰਸ ਮੇਰੇ ਕੋਲ ਇਹ ਆਉਂਦੀਆਂ ਵਾ, ਕਹਿੰਦੇ ਕਿ ਮੈਂ ਆਪਣੇ ਬੱਚੇ ਦੀ ਪਰਵਰਿਸ਼ ਕੋਈ ਗਲਤੀ ਨਹੀਂ ਕਰਨਾ ਚਾਹੁੰਦੀ, ਮੈਂ ਪਰਫੈਕਟ ਬਣਨਾ ਚਾਹੁੰਦੀ ਹਾਂ। ਇਹ ਪ੍ਰੈਸ਼ਰ ਹੀ ਕਿੱਡਾ ਵੱਡਾ ਵਾ, ਇਟਸ ਅ ਬਿਗ ਪ੍ਰੈਸ਼ਰ ਕਿ ਅਸੀਂ ਚੀਜ਼ਾਂ ਨੂੰ ਪਰਫੈਕਟ ਨਹੀਂ ਕ੍ਰੀਏਟ ਕਰ ਸਕਦੇ। ਕਿੰਨਾ ਵੀ ਅਸੀਂ ਕੋਸ਼ਿਸ਼ ਕਰੀਏ, ਕਿੰਨੇ ਵੀ ਅਸੀਂ ਵਧੀਆ ਮਾਪੇ ਬਣ ਜਾਈਏ, ਸਾਡੇ ਬੱਚੇ ਦੀਆਂ ਆਉਣ ਵਾਲੀਆਂ ਜ਼ਿੰਦਗੀ ਦੀਆਂ ਤਕਲੀਫਾਂ ਨੂੰ ਅਸੀਂ ਮੈਨੇਜ ਕਰਨਾ ਸਿੱਖ ਜਾਂਦੇ, ਪਰ ਘਟਾ ਜਾਂ ਵਧਾ ਨਹੀਂ ਸਕਦੇ ਅਸੀਂ। ਸਾਡੇ ਭਾਰਤੀ ਕਲਚਰ ਦੇ ਵਿੱਚ ਕੀ ਲੜਕੀਆਂ ਨੂੰ ਪਹਿਲਾਂ ਤੋਂ ਹੀ ਕੰਡੀਸ਼ਨ ਕੀਤਾ ਜਾਂਦਾ ਕਿ ਜ਼ਿੰਦਗੀ ਤੁਹਾਡੇ 'ਚ ਕਠਿਨਾਈਆਂ ਆਉਣੀਆਂ ਹੀ ਆਉਣੀਆਂ, ਬੀ ਪ੍ਰਪੇਅਰਡ ਫਾਰ ਇਟ, ਇਹ ਕੰਡੀਸ਼ਨਿੰਗ ਹਾਲੇ ਵੀ ਚੱਲੀ ਜਾ ਰਹੀ ਹੈ? ਅਸੀਂ ਦੇਖੀਆਂ, ਅਸੀਂ ਅੱਜ ਵੀ ਕਿੰਨੇ, ਤੁਸੀਂ ਦੇਖੋ ਰਿਸ਼ਤਿਆਂ ਦੇ ਵਿੱਚ ਅਸੀਂ ਆਪ ਵੱਡੇ ਹੁੰਦਿਆਂ ਨੇ ਦੇਖੀਆਂ ਕਿ ਜਿੱਥੇ ਔਰਤਾਂ ਨੂੰ ਚੁੱਪ ਰਹਿਣਾ ਪਿਆ, ਜਿੱਥੇ ਔਰਤਾਂ ਦੀ ਜਿਹੜੀ ਪਾਵਰ ਸੀ ਉਹ ਬਹੁਤ ਘੱਟ ਸੀ ਘਰ ਦੇ ਵਿੱਚ, ਮੋਸਟਲੀ ਜਿਹੜੇ ਡਿਸੀਜਨ ਸੀ ਇੱਕ ਆਦਮੀ ਨੇ ਬਣਾਇਆ। ਐਂਡ ਤੁਸੀਂ ਐਂਡ ਭਾਵਾਂ ਅਸੀਂ 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 ਉਸ ਕਲਚਰ ਨੂੰ ਦੇਖ ਕੇ ਵੱਡੀਆਂ ਹੋਈਆਂ, ਉਹਨਾਂ ਰਿਸ਼ਤਿਆਂ 'ਚ ਸਾਡੀ ਪਰਵਰਿਸ਼ ਹੋਈ ਆ। ਸੋ ਕਿਤੇ ਨਾ ਕਿਤੇ ਜਿਹੜੀ ਸਾਡੀ ਪਾਵਰਫੁੱਲ ਮਹਿਸੂਸ ਹੋਣਾ ਜਾਂ ਸਾਡੇ 'ਤੇ ਪ੍ਰੈਸ਼ਰ ਆ, ਕਿਉਂਕਿ ਅਸੀਂ ਉਹ ਚੀਜ਼ਾਂ ਦੇਖੀਆਂ ਵੀਆਂ, ਸਾਡੇ ਅੰਦਰ ਉਹ ਡੀਪ ਕੰਡੀਸ਼ਨਿੰਗ ਹੋਈਆਂ ਵੀਆਂ, ਚਾਹੇ ਉਹ ਅਸੀਂ ਕਿੰਨੇ ਵੀ ਪੜ੍ਹ ਲਿਖ ਗਏ ਹਾਂ, ਚਾਹੇ ਕਿੰਨੇ ਵੀ ਅਸੀਂ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋ ਗਏ ਹਾਂ, ਚਾਹੇ ਕਿੰਨੇ ਵੀ ਅਸੀਂ ਆਪਣੇ ਕਰੀਅਰ ਦੇ ਵਿੱਚ ਇਨਹਾਂਸ ਹੋ ਗਏ ਹਾਂ, ਪਰ ਜਿਹੜੀ ਡੀਪ ਕੰਡੀਸ਼ਨਿੰਗ ਅਸੀਂ ਜਿਹੜੇ ਬਚਪਨ ਦੇ ਵਿੱਚ ਮਿਸਟਰ ਥਿੰਡ ਰਿਸ਼ਤੇ ਵੇਖੇ ਆ ਨਾ, ਉਹ ਬੜੇ ਡੂੰਘੇ ਡੂੰਘੀਆਂ ਲਾਈਨਾਂ ਛੱਡੀਆਂ ਵੀ ਉਹਨਾਂ ਨੇ ਸਾਡੇ ਦਿਮਾਗ 'ਤੇ। ਐਂਡ ਕਦੇ ਨਾ ਕਦੇ ਤੁਸੀਂ ਆਮ ਦੇਖਿਓ ਕਿ ਜਿਹੜੀਆਂ ਮਾਨਸਿਕ ਸਥਿਤੀਆਂ ਸਾਡੀਆਂ ਬਹੁਤ ਸਿਮਿਲਰ ਆ, ਜਿਵੇਂ ਅੱਜ ਵੀ ਤੁਸੀਂ ਦੇਖੋ ਕਿ ਇੱਕ ਔਰਤ ਦਾ 30 ਈਅਰਸ ਹੋ ਗਏ ਤੇ ਵਿਆਹ ਨਾ ਹੋਵੇ, ਸਮਾਜ ਇੱਕ ਔਰਤ ਆਪਣੇ ਆਪ ਨੂੰ ਕਿੱਦਾਂ ਉਸ ਚੀਜ਼ ਨੂੰ ਗਿਲਟ ਮਹਿਸੂਸ ਕਰਦੀ ਆ,
ਚਾਹੇ ਉਹ ਕਿੰਨੀ ਵੀ ਪੜ੍ਹੀ ਲਿਖੀ ਹੋਵੇ, ਚਾਹੇ ਉਹ ਕਿੰਨਾ ਵੀ ਫਾਈਨੈਂਸ਼ੀਅਲ ਉਹਦਾ ਇੰਡੀਪੈਂਡੈਂਸ ਹੋਵੇ, ਪਰ ਫਿਰ ਵੀ ਕਾਫੀ ਮੈਂ ਔਰਤਾਂ ਨੂੰ ਇੱਦਾਂ ਨੂੰ ਮਿਲਦੀ ਹਾਂ ਕਿ ਜੇ ਐਂਡ ਯੂ ਨੋ ਜੇ ਇੱਕ ਕਿਸੇ ਔਰਤ ਦੇ ਬੱਚਾ ਨਹੀਂ ਹੋ ਰਿਹਾ, ਚਾਹੇ ਉਹ ਕਿੰਨੀ ਵੀ ਆਪਦੇ ਕਰੀਅਰ 'ਚ ਐਡਵਾਂਸ ਆ, ਪਰ ਉਹਦੇ ਡਰ ਉਹੀ ਹੈ ਜਿਹੜੇ ਉਹਦੇ ਆਪਦੀ ਮਾਂ ਦੇ ਵਾਲੇ ਡਰ ਸੀ। ਜੈਂਡਰ ਇਕੁਐਲਿਟੀ ਦੀ ਜਦੋਂ ਗੱਲ ਕਰਦੇ ਹਾਂ ਪਰਮਿੰਦਰ ਜੀ, ਇਸ ਤੇ ਬਹੁਤ ਜ਼ੋਰ ਦਿੱਤਾ ਗਿਆ, ਬਹੁਤ ਕੰਮ ਵੀ ਕੀਤਾ, ਬਹੁਤ ਸਾਰੇ ਮਰਦਾਂ ਨੇ ਵੀ ਇਸ ਦੇ ਵਿੱਚ ਕੰਮ ਕੀਤਾ ਕਿ ਇਕੁਐਲਿਟੀ ਸ਼ੁਰੂ ਹੋਣੀ ਚਾਹੀਦੀ ਆ। ਹੋਰ ਭਾਵੇਂ ਲੱਖ ਨੁਕਤਾਚੀਨੀ ਕਰੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ, ਪਰ ਜੈਂਡਰ ਇਕੁਐਲਿਟੀ ਬਾਰੇ ਜਾਂ ਉਹਨਾਂ ਦਾ ਫੈਮਿਨਿਜ਼ਮ ਬਾਰੇ ਜਿਹੜਾ ਵਿਚਾਰ ਨੇ ਉਹ ਤੇ ਨਹੀਂ ਨਾ ਤੁਸੀਂ ਉਹਨਾਂ ਤੋਂ ਮੁਨਕਰ ਹੋ ਸਕਦੇ। ਸੋ ਪਰ ਹਾਲੇ ਵੀ ਇਸ ਦੇ ਬਾਵਜੂਦ ਜਿਹੜੀ ਵੇਜ ਪੈਰਿਟੀ ਆ ਜਾਂ ਵੇਜ ਗੈਪਸ ਨੇ ਉਹ ਉਸੇ ਤਰ੍ਹਾਂ ਚੱਲ ਰਹੇ ਨੇ, ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਮਿਸਟਰ ਤੇਨ, ਦੇਖੋ ਐਵੋਲੂਸ਼ਨ ਆ, ਆਈ ਥਿੰਕ ਜਿਹੜਾ ਟਾਈਮ ਲੱਗਦਾ ਵਾ, ਅਸੀਂ ਇਹ ਨਹੀਂ ਹੈਗਾ ਕਿ ਅਸੀਂ ਜਿਵੇਂ ਆਊਟਸਾਈਡ ਦੇ ਲੈਵਲ 'ਤੇ ਅਸੀਂ ਬਹੁਤ ਦੂਰ ਤੱਕ ਆ ਵੀ ਗਈਆਂ ਵਾ ਐਂਡ ਕਾਫੀ ਦੂਰ ਤੱਕ ਅਜੇ ਹੋਰ ਜਾਣਾ ਵੀ ਅਸੀਂ, ਪਰ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਮਾਨਸਿਕਤਾ ਅਸੀਂ ਆਪਦੇ ਅੰਦਰ ਰੱਖ ਕੇ ਰੱਖੀ। ਸੋ ਫੋਰ ਐਗਜ਼ਾਮਪਲ ਤੁਸੀਂ ਇੱਦਾਂ ਦੀ ਐਗਜ਼ਾਮਪਲ ਇੱਦਾਂ ਹੀ ਯੂਜ਼ ਕਰ ਸਕਦੇ ਕਿ ਯੂ ਨੋ ਇੱਕ ਵਾਰੀ ਇੱਕ ਇਨਸਾਨ ਬਹੁਤ ਗਰੀਬ ਸੀ ਐਂਡ ਉਹ ਹਮੇਸ਼ਾ ਉਹਦੀ ਜਿਹੜੀ ਪਰਵਰਿਸ਼ ਉਹ ਬੜੀ ਗਰੀਬ ਸਥਿਤੀ ਦੇ ਵਿੱਚ ਹੋਈ ਐਂਡ ਸਡਨਲੀ ਉਹਦੇ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਵਾ, ਯੂ ਨੋ ਕਾਫੀ ਅਮੀਰ ਬਣ ਜਾਂਦਾ ਵਾ, ਤੇ ਤੁਹਾਨੂੰ ਲੱਗਦਾ ਕਿ ਉਹਦੀ ਮਾਨਸਿਕ ਅਵਸਥਾ ਅਮੀਰ ਹੀ ਬਣ ਗਈ ਹੈ? ਲੱਗਦਾ ਨਹੀਂ ਤੇ ਉਹ ਯੂਜ਼ ਨਹੀਂ ਕਰ ਸਕੂਗਾ, ਯੂ ਨੋ ਮਨੀ ਯੂਜ਼ ਨਹੀਂ ਕਰ ਸਕੂਗਾ, ਪੈਸਾ ਯੂਜ਼ ਨਹੀਂ ਕਰ ਸਕੂਗਾ, ਕਿਉਂਕਿ ਈਵਨ ਤਾਂ ਉਹਦੀਆਂ ਬਾਹਰਲੇ ਸਿਚੁਏਸ਼ਨਸ ਬਦਲ ਗਈਆਂ ਪਰ ਅਜੇ ਮਾਨਸਿਕ ਅਵਸਥਾ ਨਹੀਂ ਬਦਲੀ। ਤੋ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਅਸੀਂ ਆਪਣੀ ਮਾਨਸਿਕ ਅਵਸਥਾ ਇੱਕ ਔਰਤਾਂ ਨੇ ਕਿਵੇਂ ਬਦਲਣੀ ਆ ਆਪਦੇ, ਐਂਡ ਇੱਕ ਪ੍ਰੈਕਟਿਸ ਆ ਮਿਸਟਰ ਥਿੰਡ, ਕਿਸੇ ਵੀ ਯੂ ਨੋ ਇੱਕ ਔਰਤ ਆ ਜੇ ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਚੀਜ਼ 'ਚ ਜਦੋਂ ਅਸੀਂ ਪਰਫੈਕਟ ਹੋਣਾ ਚਾਹੁੰਦੇ ਨਾ ਉਹਦੇ ਥੱਲੇ ਡਰ ਛੁਪਿਆ ਹੋਇਆ, ਕੋਈ ਵੀ ਚੀਜ਼ ਦੇ ਵਿੱਚ ਤੁਸੀਂ ਦੇਖ ਲਓ ਪਰਫੈਕਟ ਹੋਣਾ ਚਾਹੁੰਦੇ ਉਹਦੇ ਥੱਲੇ ਉਹਦੀ ਫਾਊਂਡੇਸ਼ਨ ਡਰ ਆ। ਤੁਸੀਂ ਫੋਰ ਐਗਜ਼ਾਮਪਲ ਇਹ ਸੋਚਦੇ ਆ ਪਰਫੈਕਟ ਕਿ ਮੈਂ ਸੋਹਣੀ ਦਿਖਾਂ, ਯੂ ਨੋ ਮੈਂ ਪਰਫੈਕਟ ਲੱਗਾ, ਇਹਦੇ ਥੱਲੇ ਡਰ ਆ ਕਿ ਜੇ ਮੈਂ ਨਾ ਸੋਹਣੀ ਲੱਗੀ ਤੇ ਲੋਕਾਂ ਨੇ ਮੈਨੂੰ ਚੰਗਾ ਨਹੀਂ ਸਮਝਣਾ, ਯੂ ਨੋ ਮੇਰਾ ਡਰ ਆ ਕਿ ਮੈਂ ਪਰਫੈਕਟ ਇੱਕ ਮਾਂ ਬਣਾ ਜਾਂ ਪਰਫੈਕਟ ਇੱਕ ਵਾਈਫ ਜਾਂ ਪਰਫੈਕਟ ਦੋਸਤ ਬਣਾ, ਤੇ ਜੇ ਮੈਂ ਨਾ ਬਣੀ ਤੇ ਲੋਕ ਮੈਨੂੰ ਜੱਜ ਕਰਨਗੇ, ਲੋਕ ਮੈਨੂੰ ਕ੍ਰਿਟਿਸਿਜ਼ਮ ਕਰਨਗੇ, ਲੋਕ ਮੈਨੂੰ ਬਲੇਮ ਕਰਨਗੇ। ਸੋ ਔਰਤਾਂ ਦਾ ਜਿਹੜਾ ਪਰਫੈਕਸ਼ਨ ਦਾ ਐਟੀਟਿਊਡ ਉਹ ਤਾਂ ਧਾਰਨ ਕਰਦੀਆਂ, ਉਹ ਚਾਹੁੰਦੀਆਂ ਕਿ ਲੋਕ ਸਾਨੂੰ ਕ੍ਰਿਟਿਸਾਈਜ਼ ਨਾ ਕਰਨ, ਲੋਕ ਸਾਨੂੰ ਬਲੇਮ ਨਾ ਕਰਨ। ਜਾਗਰੂਕ ਔਰਤਾਂ ਨੇ ਉਹ ਵੀ ਐਵੇਂ ਮਹਿਸੂਸ ਕੀਤੀ ਜਿਹਨਾਂ ਨੂੰ ਇਹ ਗੱਲ ਦਾ ਪਤਾ, ਹੁਣ ਤੁਹਾਨੂੰ ਤਾਂ ਇਹਨਾਂ ਗੱਲਾਂ ਦਾ ਪਤਾ, ਤੁਸੀਂ ਲੋਕਾਂ ਨੂੰ ਸਿਖਾਉਂਦੇ ਹੋ, ਔਰ ਜਿਹਨਾਂ ਨੂੰ ਪਤਾ ਅਵੇਅਰਡ ਅਵੇਅਰਨੈਸ ਜਿਹਨਾਂ ਨੂੰ ਹੈਗੀ ਆ, ਜਿਹੜੀਆਂ ਕੌਨਸ਼ੀਅਸ ਔਰਤਾਂ ਨੇ ਉਹ ਵੀ ਇਸੇ ਤਰ੍ਹਾਂ ਸੋਚਦੀ। ਮਿਸਟਰ ਤਿੰਡ, ਕੋਈ ਵੀ ਚੀਜ਼ ਇੱਕ ਲੌਜੀਕਲ ਲੈਵਲ ਤੇ ਜਾਣਨਾ ਤੇ ਇੱਕ ਸਰੀਰਕ ਲੈਵਲ ਤੇ ਉਹਨੂੰ ਧਾਰਨ ਕਰਨਾ ਦੋ ਵੱਖਰੀਆਂ ਚੀਜ਼ਾਂ ਵਾ। ਤੋ ਜੀ ਹਾਂ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਿਹਾ ਕਿ ਸ਼ਾਇਦ ਜਿਹੜੇ ਲੋਕਾਂ ਨੂੰ ਮੇਰੇ ਵਰਗਿਆਂ ਨੂੰ ਸ਼ਾਇਦ ਪਤਾ ਵੀ ਹੈ ਥਿਓਰੈਟਿਕਲੀ, ਯੂ ਨੋ ਪਤਾ ਵਾ ਕਿ ਇਹ ਲੌਜਿਕ ਆ, ਪਰ ਸਾਡੀ ਕੰਡੀਸ਼ਨਿੰਗ ਅਜੇ ਅਸੀਂ ਉਹ ਮਟਾਉਣੀ ਹੈ ਨਾ, ਉਹ ਟਾਈਮ ਲੱਗਦਾ ਵਾ, ਸਾਡੀ ਕੰਡੀਸ਼ਨਿੰਗ ਤਾਂ ਉੱਥੇ ਹੋਈ ਵੀ ਹੈ ਨਾ। ਤੁਸੀਂ ਦੇਖੋ ਕਿ ਇੱਕ ਸੋਚ ਆ ਜਿਹੜੀ ਅਸੀਂ 25-30 ਸਾਲ 25 ਸਾਲ ਵੱਡੇ ਹੋਏ ਲੈ ਕੇ ਕਿ ਔਰਤਾਂ ਨੇ ਆਗਿਆਕਾਰੀ ਬਣਨਾ ਵਾ, ਔਰਤਾਂ ਨੇ ਹਰ ਕੰਮ ਘਰ ਦਾ ਕਰਨਾ ਵਾ, ਔਰਤਾਂ ਨੂੰ ਹਰ ਕੰਮ ਕਰਨਾ ਚਾਹੀਦਾ ਵੀ ਆ, ਐਂਡ ਔਰਤ ਨੇ ਇੱਕ ਦੇਵੀ ਬਣਨਾ ਵਾ, ਉਹਨੇ ਜੇ ਉਹਦਾ ਘਰ ਵਾਲਾ ਕੁਛ ਕਹੂਗਾ ਵੀ ਉਹਨੇ ਸਹਿਣਾ ਵੀ ਆ, ਯੂ ਨੋ ਜੇ ਅਕਸਰ ਯੂ ਨੋ ਅੱਜ ਤੋਂ 10-15 ਸਾਲ ਪਹਿਲਾਂ ਜਿਹੜੀਆਂ ਔਰਤਾਂ ਇਹ ਜੇ ਰਿਸ਼ਤਿਆਂ 'ਚ ਕੱਟਦੀਆਂ ਹੁੰਦੀਆਂ ਸੀ ਜਾਂ ਕਿਤੇ ਡੋਮੈਸਟਿਕ 'ਚ ਕੱਟਦੀਆਂ ਹੁੰਦੀਆਂ ਸੀ, ਲੋਕ ਉਹਨਾਂ ਨੂੰ ਬੜੀਆਂ ਦਰਜਾ ਦੇਵੀ ਦਾ ਦਿੰਦੇ ਹੁੰਦੇ ਸੀ, ਲੋਕ ਕਹਿੰਦੇ ਸੀ ਇਹਨਾਂ ਨੇ ਬਹੁਤ ਕੱਟਿਆ, ਇਹ ਬੜੀਆਂ ਚੰਗੀਆਂ ਔਰਤਾਂ, ਉਹਨਾਂ ਨੂੰ ਯੂ ਨੋ ਉਹਨਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਸੀ, ਇਹ ਰਿਅਲਾਈਜ਼ ਕੀਤੇ ਬਿਨਾਂ ਕਿ ਉਹਨਾਂ ਦੀ ਮਾਨਸਿਕ ਸਥਿਤੀ, ਉਹਨਾਂ ਨੇ ਮਾਨਸਿਕ ਸਥਿਤੀ ਉਹਨਾਂ ਦੀ ਕਿਸ ਦੌਰ ਦੇ ਵਿੱਚ। ਔਰਤਾਂ ਨੂੰ ਇਹ ਕਹਿ ਕੇ ਪ੍ਰਸ਼ੰਸਾ ਕਰਦੇ ਰਹੇ ਪਹਿਲਾਂ ਜਿਹੜੇ ਪੁਜਾਰੀਵਾਦ ਦੇ ਦਿਨਾਂ ਦੇ ਵਿੱਚ ਕਿ ਆਂਚਲ ਮੇਂ ਦੂਧ ਔਰ ਆਂਖ ਮੇਂ ਪਾਣੀ, ਹਿੰਦੁਸਤਾਨੀ ਭਾਰਤੀ ਨਾਰੀ ਜਿਹੜੀ ਹੈ ਇਹ ਬਹੁਤ ਗ੍ਰੇਟ ਆ। ਜੇ ਤੁਸੀਂ ਇਸੇ ਕਨਸੈਪਟ ਦੇ ਨਾਲ ਹੀ ਚੱਲਣਾ, ਔਰ ਐਕਸਪੈਕਟੇਸ਼ਨ ਇਹ ਬਣਾ ਦਿੱਤੀ ਸੀ ਉਹਨਾਂ ਨੇ ਕਿ ਜੇ ਜ਼ੁਲਮ ਸਹਿਣਾ ਵਾ ਤੇ ਇੱਕ ਤਾਕਤਵਰ ਬੰਦੇ ਦਾ ਕੰਮ ਆ, ਆਲਮੋਸਟ ਅਸੀਂ ਇਹ ਚੀਜ਼ ਕੰਡੀਸ਼ਨਿੰਗ। ਸੋ ਜੇ 25 ਸਾਲ ਅਸੀਂ ਇੱਕ ਬੱਚਾ ਜਾਂ ਇੱਕ ਕੁੜੀ ਦੀ ਪਰਵਰਿਸ਼ ਇੱਕ 25 ਸਾਲ ਇੱਦਾਂ ਹੁੰਦੀ ਆ ਕਿ ਯੂ ਨੋ ਮੈਂ ਇੱਕ ਆਗਿਆਕਾਰ ਬਣ ਕੇ ਰਹਿਣਾ, ਮੈਂ ਦੂਸਰਿਆਂ ਨੂੰ ਖੁਸ਼ ਕਰਨਾ, ਮੈਂ ਹਰ ਚੀਜ਼ ਨੂੰ ਠੀਕ ਕਰਨਾ ਤਾਂ ਜੋ ਲੋਕ ਮੇਰੇ ਬਾਰੇ ਗੱਲਾਂ ਨਾ ਕਰ ਸਕਣ, ਐਂਡ ਮੈਂ ਹਰ ਬਿਊਟੀ ਪ੍ਰੋਡਕਟ ਲਾ ਕੇ ਆਪਣੇ ਆਪ ਨੂੰ ਸੁੰਦਰ ਦਿਖਾਉਣਾ ਵਾ। ਤੁਸੀਂ ਦੇਖੋ ਕਿ 26-27 ਸਾਲ ਦੀ ਉਮਰ ਦੇ ਵਿੱਚ ਜੇ ਉਹਨੇ ਇੱਕ ਕਿਤਾਬ ਪੜ੍ਹ ਲਈ ਤੇ ਉਹਨੂੰ ਪਤਾ ਲੱਗ ਗਿਆ ਕਿ ਤਾਂ ਐਕਚੁਲੀ ਗਲਤ ਸੀ ਧਾਰਨਾ, ਇਹ ਤਾਂ ਮੈਂ ਗਲਤ, ਯੂ ਨੋ ਉਸੇ ਹੀ ਟਾਈਮ ਜਿਹੜੀ ਤੁਹਾਡੀ ਦਿਮਾਗ ਦੀ ਕੰਡੀਸ਼ਨ ਆ ਉਹ ਨਹੀਂ ਬਦਲਦੀ। ਤੁਸੀਂ ਦੇਖੋ ਕਿ ਟੇਸਟ ਬਡਸ ਤੁਹਾਡੇ ਫੂਡਸ ਆ ਜਿਹੜਾ ਤੁਸੀਂ ਬਚਪਨ ਤੋਂ ਖਾਂਦੇ ਆਏ ਆ ਫੂਡ, ਉਹ ਸਾਨੂੰ ਕਿਤੇ ਜ਼ਿਆਦਾ ਸਵਾਦ ਲੱਗਦਾ ਦੂਸਰੇ ਨਵੇਂ ਫੂਡ ਨਾਲੋਂ, ਅਸੀਂ ਟੇਸਟ ਕਰ ਲੈਂਦੇ ਹਾਂ ਪਰ ਜਿਹੜਾ ਅਸੀਂ ਯੂ ਨੋ ਜਿਹੜਾ ਸਾਡੇ ਟੇਸਟ ਬਡਸ ਬਣ ਜਾਂਦੇ, ਸੋ ਉਵੇਂ ਜਿਹੜੀ ਸਾਡੀ ਦਿਮਾਗ ਦੀ ਇੱਕ ਕੰਡੀਸ਼ਨਿੰਗ ਬਣ ਜਾਂਦੀ ਆ
ਲੌਜੀਕਲ ਲੈਵਲ ਤੇ ਕਿਤਾਬ ਪੜ੍ਹ ਕੇ ਆਪਾਂ ਨੂੰ ਕੋਈ ਕਵੇ ਕਿ ਝੂਠ ਨਹੀਂ ਬੋਲਣਾ, ਆਪਾਂ ਨੂੰ ਪਤਾ ਵਾ ਲੌਜੀਕਲ ਚੀਜ਼ ਆ, ਪਰ ਅਸੀਂ ਬੋਲਦੇ ਹਾਂ ਆਟ ਆਫ ਆਦਤ ਹੈਬਿਟ, ਅਸੀਂ ਬੋਲਦੇ ਹਾਂ ਕਿਉਂਕਿ ਸਾਡਾ ਦਿਮਾਗ ਉਸ ਚੀਜ਼ ਤੇ ਉਹਨੇ ਬਾਰ ਬਾਰ ਉਹ ਚੀਜ਼ ਕੀਤੀ ਹੈ, ਉਹਦੇ ਲਈ ਉਹ ਕਰਨੀ ਸੌਖੀ ਆ। ਸੋ ਇਵੇਂ ਜਿਹੜੀ ਸੋਚ ਅਸੀਂ ਬਾਰ ਬਾਰ 25-26 ਸਾਲ ਅਸੀਂ ਵੇਖਦੇ ਹਾਂ, ਵੱਡੇ ਹੋਏ ਹਾਂ ਅਸੀਂ ਸੋਚੀਆਂ ਉਹ ਸੋਚਾਂ, ਇੱਕ ਸੋਚ ਦਾ ਉੱਥੇ ਆ ਜਾਣਾ ਉਹਨੂੰ ਬਦਲ ਨਹੀਂ ਦਿੰਦਾ, ਵਕਤ ਲੱਗਦਾ, ਟਾਈਮ ਲੱਗਦਾ ਵਾ ਆਪਦੇ ਆਪ 'ਚ ਪ੍ਰੈਕਟਿਸ ਕਰਨ ਦੀ। ਸੋ ਯੂਨੋ ਜਿਹੜੀਆਂ ਔਰਤਾਂ ਸੁਣ ਰਹੀਆਂ ਵਾ, ਉਹ ਪ੍ਰੈਕਟਿਸ ਕਰ ਸਕਦੀਆਂ, ਦੇਖੋ ਕਿ ਜਿੱਥੇ ਤੁਹਾਡੇ ਪਰਫੈਕਸ਼ਨ ਕਰਨ ਦੀ ਤੁਸੀਂ ਕੋਸ਼ਿਸ਼ ਕਰਦੇ ਆ। ਯੂਨੋ ਇੱਕ ਮੈਂ ਕਲਾਇੰਟ ਨੂੰ ਕਰ ਰਹੀ ਸੀ ਤੇ ਉਹ ਕਹਿੰਦੇ ਕਿ ਮੇਰਾ ਘਰ ਸਾਫ਼ ਹੋਣਾ ਚਾਹੀਦਾ, ਹਰ ਵਕਤ ਸਾਫ਼ ਹੋਣਾ ਚਾਹੀਦਾ, ਕੋਈ ਛਿੱਟਾ ਨਾ ਹੋਵੇ ਜਾਂ ਯੂਨੋ ਖਲਾਰਾ ਨਾ ਪਵੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਬਾਈ ਚਾਂਸ ਕੋਈ ਖਲਾਰਾ ਪੈ ਗਿਆ ਤੇ ਕੀ ਹੋਊਗਾ? ਉਹ ਕਹਿੰਦੇ ਕੋਈ ਘਰੇ ਆ ਜਾਊਗਾ। ਤੇ ਮੈਂ ਕਿਹਾ ਜੇ ਘਰੇ ਆ ਗਿਆ ਤਾਂ ਫਿਰ? ਕਹਿੰਦੇ ਉਹ ਤਾਂ ਮੈਨੂੰ ਹੀ ਸਮਝੂਗਾ ਕਿ ਇਸ ਔਰਤ ਨੂੰ ਘਰ ਦੇ ਵਿੱਚ ਘਰ ਨਹੀਂ ਰੱਖਣਾ ਆਉਂਦਾ। ਰਾਈਟ, ਤੁਸੀਂ ਦੇਖੋ ਕਿ ਪਰਫੈਕਸ਼ਨ ਯੂਨੋ ਜਿਹੜਾ ਥੱਲੇ ਡਰ ਆ ਕਿ ਜੇ ਲੋਕ ਆ ਗਏ ਇਸ ਵਕਤ ਤੇ ਉਹ ਮੇਰੇ ਬਾਰੇ ਕੀ ਸੋਚਣਗੇ, ਯੂਨੋ। ਸੋ ਇਹਨਾਂ ਡਰਾਂ ਨੂੰ ਅਸੀਂ ਜੇ ਆਪਦੇ ਅੰਦਰ ਜਾ ਕੇ ਟਟੋਲ ਸਕਦੇ ਹਾਂ ਕਿ ਸਾਡੇ ਅੰਦਰ ਇਹ ਡਰ ਆ, ਕਿਉਂਕਿ ਸਾਡਾ ਮਕਸਦ ਨਹੀਂ ਹੈਗਾ ਕਿ ਜਿਹੜਾ ਅਸੀਂ ਰੋਲ ਆ ਇੱਕ ਪਰਫੈਕਸ਼ਨ ਚੋਂ ਕਰਨਾ। ਮਿਸਟਰ ਤਿੰਡ, ਜਦੋਂ ਅਸੀਂ ਇੱਕ ਔਰਤ ਕੋਈ ਵੀ ਜਦੋਂ ਅਸੀਂ ਸਟਰਗਲ ਕਰਦੇ ਹਾਂ ਨਾ, ਤੇ ਅਸੀਂ ਲੋਕਾਂ ਨੂੰ ਦੱਸ ਨਹੀਂ ਪਾਉਂਦੇ ਅਸੀਂ ਸਟਰਗਲ ਕਰਦੇ ਹਾਂ, ਲੋਕ ਸਾਡੇ ਨਾਲ ਸੱਚਾ ਰਿਸ਼ਤਾ ਨਹੀਂ ਬਣਾ ਸਕਦੇ, ਕਿਉਂਕਿ ਉਹਨਾਂ ਨੂੰ ਸਾਡੇ ਅੰਦਰ ਦੀਆਂ ਸਟਰਗਲਸ ਹੀ ਨਹੀਂ ਪਤਾ, ਕਿਉਂਕਿ ਸਾਡਾ ਮੂਹਰੋਂ ਤਾਂ ਬੜਾ ਪਰਫੈਕਟ ਆ ਚਿਹਰਾ, ਯੂਨੋ ਜਿਹੜਾ ਅਸੀਂ ਪਰਸੋਨਾ ਦਾ ਡਿਸਪਲੇ ਕੀਤਾ ਲੋਕਾਂ ਲਈ, ਉਹ ਤਾਂ ਸਾਨੂੰ ਲੱਗਦਾ ਕਿ ਲੋਕ ਕਹਿੰਦੇ ਕਿ ਬੜਾ ਪਰਫੈਕਟ ਆ, ਪਰਫੈਕਟ ਕਰੀਅਰ ਆ, ਪਰਫੈਕਟ ਕੰਮ ਆ, ਪਰਫੈਕਟ ਲਾਈਫ ਆ, ਪਰ ਜਿਹੜੀਆਂ ਸਟਰਗਲਸ ਆ ਉਹ ਅਸੀਂ ਦੱਸ ਹੀ ਨਹੀਂ ਪਾਉਂਦੇ ਲੋਕਾਂ ਨੂੰ, ਇਸ ਕਰਕੇ ਜਿਹੜਾ ਸਾਡਾ ਰਿਸ਼ਤਾ ਵਾ ਉਸ ਕਿਤੇ ਕਿਤੇ ਜਿਹੜਾ ਡੰਗਿਆਈ ਚ ਬਣ ਨਹੀਂ ਪਾਉਂਦਾ, ਕਿਉਂਕਿ ਅਸੀਂ ਲੁਕਾਉਣੇ ਆਪਦੇ ਆਪ ਨੂੰ, ਅਸੀਂ ਆਪਣੀਆਂ ਸਟਰਗਲਸ ਨੂੰ ਲੁਕਾਉਣੇ ਆ। ਅੱਜ ਇੰਟਰਨੈਸ਼ਨਲ ਡੇ ਦੇ ਉੱਤੇ ਕੀ ਕਹਿਣਾ ਚਾਹੋਗੇ ਇੰਟਰਨੈਸ਼ਨਲ ਵੂਮਨਸ ਡੇ ਦੇ? ਹਾਂਜੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਕਿ ਚਾਹੂੰਗੀ ਕਿ ਯੂਨੋ ਜੇ ਇੱਕ ਔਰਤ ਦੇ ਨਾਤੇ ਸਾਡੇ ਸਾਰਿਆਂ ਤੇ ਪ੍ਰੈਸ਼ਰ ਆ, ਮੈਂ ਵੀ ਪ੍ਰੈਸ਼ਰ ਮਹਿਸੂਸ ਕਰਦੀ, ਮੇਰੀ ਵੀ ਕੰਡੀਸ਼ਨਿੰਗ ਉਸ ਕਲਚਰ ਦੇ ਵਿੱਚ ਹੀ ਹੋਈ ਵੀ ਆ। ਸੋ ਸਾਡੇ ਸਾਰਿਆਂ ਲਈ ਇੱਕ ਬਿਊਟੀ ਦਾ ਪ੍ਰੈਸ਼ਰ ਲੈਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਦੇ ਅੰਦਰ ਆਪਦੇ ਬਾਰੇ ਕੀ ਸੋਚਦੇ ਹਾਂ। ਸਾਡੀ ਇੰਪਾਵਰਮੈਂਟ, ਠੀਕ ਹੈ, ਸਾਨੂੰ ਬਾਹਰੋਂ ਇੱਕ ਈਕੁਅਲ ਵੇਜ ਵੀ ਮਿਲ ਜੂਗੀ, ਸਾਨੂੰ ਬਾਹਰੋਂ ਬਹੁਤ ਚੀਜ਼ਾਂ ਇਕੁਆਲਿਟੀ ਦੇ ਤੌਰ ਤੇ ਮਿਲ ਵੀ ਰਹੀਆਂ, ਲੋਕੀ ਬਾਹਰ ਆ ਕੇ ਆਵੇ, ਪਰ ਕੀ ਅਸੀਂ ਅੰਦਰ ਆਪਦੇ ਮਨ ਦੇ ਅੰਦਰ ਆਪਦੇ ਆਪ ਨੂੰ ਇਕੁਅਲ ਸਮਝਣ ਲੱਗ ਗਏ? ਕੀ ਅਸੀਂ ਆਪਦੇ ਮਨ ਦੇ ਅੰਦਰ ਕਾਲੇ ਜਾਂ ਗੋਰੇ ਰੰਗ ਦਾ ਭੇਦਭਾਵ ਤਾਂ ਨਹੀਂ ਕੀਤਾ? ਕਿ ਅਸੀਂ ਆਪਦੇ ਮਨ ਦੇ ਅੰਦਰ ਆਪਦੀਆਂ ਜਿਹੜੀਆਂ ਮਿਸਟੇਕਸ ਆ ਜਾਂ ਉਹਨਾਂ ਨੂੰ ਫੇਲੀਅਰ ਆ, ਉਹਨਾਂ ਚੋਂ ਕਿਵੇਂ ਨਿਕਲਦੇ ਹਾਂ? ਹੁਣੇ ਸਾਡੀ ਅੰਦਰ ਦਾ ਐਵੋਲੂਸ਼ਨ ਆ, ਸਾਡਾ ਬਾਹਰ ਦਾ ਠੀਕ ਹੋ ਰਿਹਾ, ਪਰ ਹੁਣ ਅਸੀਂ ਆਪਣੇ ਅੰਦਰ ਦੇ ਐਵੋਲੂਸ਼ਨ ਨੂੰ ਠੀਕ ਕਰਨਾ ਕਿ ਸਾਡੀ ਮਾਨਸਿਕ ਸਥਿਤੀ ਵੀ ਉਸ ਤਰੀਕੇ ਨਾਲ ਬਦਲੇ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ।